चटक नींबू कटक नींबू। ਕਾਰਵਾਂ ਲੈ ਗਿਆ ਥਾਰੀ ਖਿਦਮਤ ਮਾਂ ਹਾਜ਼ਰ ਹਾਂ ਅਤੇ ਥਾਰੀ ਖਿਦਮਤ ਮਾਂ ਥਾਰੋ ਮੇਜ਼ਬਾਨ ਰਿਆਜ਼ ਬਣਾਉਣ ਸਲਾਮ ਪੇਸ਼ ਕਰੈ। ਨਾਜ਼ਰੀਨ ਉਮੀਦ ਹੈ ਕਿ ਤਮ ਸਾਰਾ ਖੈਰ ਸੁੱਖ ਨਾਲ ਵੇਂਗਾ ਅਤੇ ਆਪਣਾ ਮਨਪਸੰਦ ਪ੍ਰੋਗਰਾਮ ਨਾ ਦੇਖਦਾ ਵੇਂਗਾ। ਜਿਸ ਤਰ੍ਹਾਂ ਕਿ ਤਮ ਜਾਣੇ ਹਮ ਆਪਣਾ ਮੁਖਤਲਿਫ ਪ੍ਰੋਗਰਾਮਾਂ ਮਾਂ ਮੁਖਤਲਿਫ ਮੌਜੂਆਤ ਉੱਪਰ ਗੱਲ ਕਰਨ ਵਾਸਤੇ ਵੱਖ ਵੱਖ ਸ਼ਖਸੀਅਤ ਨਾਲ ਮਧੂ ਕਰਦਾ ਰਹਾਂ ਔਰ ਮਾਰੀ ਹਮੇਸ਼ਾ ਇਹ ਕੋਸ਼ਿਸ਼ ਰਹਿ ਕਿ ਥਾਰਾ ਤੱਕ ਮਿਆਰੀ ਪ੍ਰੋਗਰਾਮ ਪਹੁੰਚਾਇਆ ਜਾਏ। ਤਮ ਨਾ ਮਾਰੋ ਇਹ ਪ੍ਰੋਗਰਾਮ ਕੈਸੋ ਲੱਗਾ ਤਮ ਆਪਣੀ ਰਾਏ 'ਤੇ ਵੀ ਨਿਵਾਜ਼ ਸਕੇ। ਅੱਜ ਜਿਨ ਮਹਿਮਾਨਾਂ ਨਾਲ ਹਮਨੇ ਆਪਣਾ ਸਟੇਡੀਅਮ ਦਾਵਤ ਦਿੱਤੋ ਹੈ, ਸਭ ਤੋਂ ਪਹਿਲਾਂ ਉਹਨਾਂ ਦੀ ਤਾਰਫ ਕਰਵਾ ਦਿਓ। ਠੀਕ ਮਾਰਾ ਦਰਮਿਆਨ ਤਸ਼ਰੀਫ ਫਰਮਾਏ ਰਿਆਜ਼ ਅਹਿਮਦ ਕੋਹਲੀ ਸਾਹਿਬ, ਜਿਨ੍ਹਾਂ ਕੋ ਤਾਲੁਕ ਸਿੰਗਰਵਾਨੀ ਪੁਲਵਾਮਾ ਨਾਲ ਹੈ, ਔਰ ਇਹਨਾਂ ਨਾਲ ਤਸ਼ਰੀਫ ਰੱਖੇ ਇਸ਼ਰਤ ਆਰੁਨ ਸਾਹਿਬਾ, ਇਹਨਾਂ ਕੋ ਤਾਲੁਕ ਜਿਹੜਾ ਹੈ ਉਹ ਚੀਰਪੁਰਾ ਨਾਲ ਹੈ, ਜਿਹੜਾ ਕਿ ਜ਼ਿਲ੍ਹਾ ਅਨੰਤਨਾਗ ਅੰਦਰ ਪਏ। ਰਿਆਜ਼ ਕੋਹਲੀ ਸਾਹਿਬ ਅਤੇ ਇਸ਼ਰਤ ਜੀ ਤਾਂ ਮਹਾਰਾਜ ਦਾ ਪ੍ਰੋਗਰਾਮ ਮਾ ਤਸ਼ਰੀਫ ਚਾਇਆ, ਥਾਰੋ ਜੀ ਆਇਆਂ ਨਾਲ ਤਿਆਰ ਕੇ ਦਿਓ। ਰਿਆਜ਼ ਸਾਹਿਬ, ਜਿਸ ਤਰੀਕੇ ਨਾਲ ਹਮ ਦੇਖਾਂ ਪਾਰਲੀਮੈਂਟ ਕਾ ਜਿਹੜਾ ਇਲੈਕਸ਼ਨ ਇਹ ਵੀ ਚੱਲ ਰਿਹਾ ਹੈ, ਔਰ ਇਸ ਵਿੱਚ ਅਗਰ ਹਮ ਦੇਖਾਂ ਮਾਰੋ ਜਿਹੜਾ ਮੁਲਕ ਹੈ ਹਿੰਦੁਸਤਾਨ, ਜਿਸ ਕੇ ਵਿੱਚ ਹਮ ਰਹਿ ਰਹੇ ਹਾਂ, ਇਹ ਇੱਕ ਜਮਹੂਰੀ ਮੁਲਕ ਹੈ, ਔਰ ਜਮਹੂਰੀਅਤ ਕੀ ਆ ਖੂਬਸੂਰਤੀ ਵੇਖ ਕੇ ਜਮਹੂਰੀਅਤ ਕੇ ਅੰਦਰ ਇੱਕ ਆਮ ਆਦਮੀ ਨਾ ਅਧਿਕਾਰ ਦਿੱਤੋ ਜਾਏ ਕਿ ਉਹ ਆਪਣਾ ਵੋਟ ਕੋ ਇਸਤੇਮਾਲ ਕਰੇ। ਥਾਰਾ ਤੈ ਇਹ ਚੀਜ਼ ਜਾਣਨਾ ਚਾਹੂੰਗਾ ਕਿ ਵੋਟ ਕਿਤਨੂੰ ਅਹਿਮ ਹੈ ਜੀ। ਬਹੁਤ ਬਹੁਤ ਸ਼ੁਕਰੀਆ ਥਾਰੋ ਕਿ ਤੁਹਾਨੂੰ ਆਮ ਇਸ ਕਾਬਲ ਸਮਝਿਆ, ਅੱਜ ਥਾਰਾ ਨਾਲ ਇਸ ਮੌਜੂਅ ਮਾਰੀ ਗੱਲਬਾਤ ਹੋਈ। ਤੇ ਹੁਣ ਇੱਕ ਡਿਸਟ੍ਰਿਕਟ ਪੁਲਵਾਮਾ, ਜਿਸਕਾ ਤੁਹਾਨੂੰ ਤਾਰਫ ਕਰਵਾਇਆ, ਮੇਰਾ ਡਿਸਟ੍ਰਿਕਟ ਪੁਲਵਾਮਾ ਇੱਕ ਆਖਰੀ ਗ੍ਰਾਮ ਹੈ ਜਿਸਕਾ ਨਾਮ ਸਿੰਗਰਵਾਨੀ ਹੈ, ਉਸਕਾ ਨਾਮ ਰਹਿ ਰਿਹਾ ਹੂੰ। ਔਰ ਹੁਣ ਹਮਾਰਾ ਜਿਹੜਾ ਇਹ ਫਾਰਫਲਿੰਗ ਏਰੀਆ ਹੈ, ਜਿਹੜਾ ਦੂਰ ਏਰੀਆ ਹੈ, ਦੂਰ ਦਰਾਜ ਏਰੀਆ ਹੈ, ਤੇ ਇਹਨਾਂ ਮਾ ਮਾਰਾ ਜਿਹੜਾ ਬੈਕ ਸਿਸਟਮ ਉਹ ਲੋਕ ਹੈ ਜਿਹੜੇ ਮਤਲਬ ਮੈਂ ਹਮ ਸ਼ਿਫਟ ਕਰਾਂ, 6 ਮਹੀਨਾ ਮੈਂ ਬੈਕ ਆਵਾਂ, 6 ਮਹੀਨਾ ਰਾਮ ਆਪਣਾ ਗ੍ਰਾਮਾਂ ਮਰਾਂ, ਤਾਂ ਥੋੜ੍ਹੋ ਮੁਸ਼ਕਲਾਤ ਮਾਰਾ ਵਾਸਤੇ ਹੋਇਆ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਇਆ ਕਿ ਜਿਹੜਾ ਗੁੱਜਰ ਕਮਿਊਨਿਟੀ ਹੈ ਖਾਸ ਕਰ ਸ਼ੁਰੂ ਤੋਂ ਵੋਟ ਦੇ ਤੋਂ ਆਇਆ, ਤੇ ਔਰ ਵੋਟ ਕੀ ਮਾਰੇ ਕੋਲ ਇਤਨੀ ਕਦਰ ਹੈ ਕਿ ਜਿਸ ਤਰ੍ਹਾਂ ਕਿ ਹਮ ਆਪਣੀ ਜ਼ਿੰਦਗੀ ਮੈਂ ਜ਼ਰੂਰੀ ਸਮਝਾ ਹਾਂ ਕਿ ਪਾਣੀ ਮਾਰੇ ਵਾਸਤੇ ਕਿੰਨਾ ਜ਼ਰੂਰੀ ਹੈ, ਜਾਂ ਮਾਰੇ ਵਾਸਤੇ ਰੋਡ ਬਿਜਲੀ ਇਹ ਚੀਜ਼ ਮਾਰੇ ਵਾਸਤੇ ਕਿੰਨੀ ਜ਼ਰੂਰੀ ਹੈ, ਇਤਨੂੰ ਹੀ ਜ਼ਰੂਰੀ ਮਾਰੇ ਵਾਸਤੇ ਵੋਟ ਹੈ। ਰਿਆਜ਼ ਸਾਹਿਬ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਗਰ ਹਮ ਵੋਟ ਦੇ ਗਏ ਆਪਣੋ ਜਿਹੜਾ ਆਪਣਾ ਇਲਾਕਾ ਹੋ ਜਾਂ ਆਪਣਾ ਡਿਸਟ੍ਰਿਕਟ ਹੋ, ਆਪਣੇ ਜਿਹੜਾ ਨੁਮਾਇੰਦੋ ਹੈ ਉਹ ਆਮ ਚਲਾਵਾਂਗਾ ਪਾਰਲੀਮੈਂਟ ਮਾ ਆਪਣੀ ਗੱਲ ਕਰਨ ਵਾਸਤੇ, ਤੇ ਉਸ ਵਾਸਤੇ ਹਮ ਨਾ ਸਹੀ ਤਰੀਕਾ ਨਾਲ ਸੋਚ ਕੇ ਆਪਣਾ ਆਪਣਾ ਕਾਰਗਾ ਨਾਲ ਸਹੀ ਤਰੀਕਾ ਨਾਲ ਸੋਚ ਕੇ ਸਮਝ ਗਿਆ ਉਹ ਆਦਮੀ ਚੁਣਨਾ ਚਾਹੀਏ ਕਿ ਜਿਹੜਾ ਪਾਰਲੀਮੈਂਟ ਮੈਂ ਜਾਵੇ ਮਾਰੀ ਗੱਲ ਕਰੇ। ਜਿਸ ਤਰ੍ਹਾਂ ਕਿ ਰਿਆਜ਼ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਪਿਛਲਾ ਦਿਨ ਮੈਂ ਹਮਾਂ ਛੋਟਾ ਇੱਕ ਇਲੈਕਸ਼ਨ ਦੀ ਅਗਰ ਗੱਲ ਕਰਾਂ ਕਿ ਆਪਣੀ ਪੰਚਾਇਤ ਇਲੈਕਸ਼ਨ, ਅੱਜ ਇਸ ਸਾਲ ਕੋ ਮਾਰੋ ਕੋਈ ਪਲਾਨ ਨਹੀਂ ਗਿਆ ਹੈ, ਉਸਕੀ ਮੇਰੀ ਸਮਝ ਮੈਂ ਇਹ ਕਮਜ਼ੋਰੀ ਹੋਈ ਹੈ ਕਿ ਮਾਰਾ ਜਿਹੜਾ ਸਰਪੰਚ ਹੈ ਉਹ ਇੱਕ ਉਹ ਜਿਹੜਾ ਟਾਈਮ ਥੋ ਉਹ ਖਤਮ ਹੋ ਚੁੱਕਿਆ ਹੈ। ਆਵਾਮੀ ਨੁਮਾਇੰਦਾ ਨਹੀਂ, ਨੁਮਾਇੰਦਾ ਨਹੀਂ ਮਾਰਾ ਸਰਪੰਚ, ਮਾਰਾ ਡਿਸਟ੍ਰਿਕਟ ਤੋੜੀ ਗੱਲ ਨਹੀਂ ਜਾਤੀ ਮਾਰੀ, ਤਾਂ ਮਾਰਾ ਦੋਏ ਜ਼ਰੀਆ ਵੋਟ ਕਾ ਹੈ ਜਿਹੜਾ ਕਿ ਆਮ ਸਮਝਾਂ ਕਿ ਮਾਰੀ ਗੱਲ ਕਿਤੇ ਪਹੁੰਚੇ, ਚਾਹੇ ਵਾ ਪਾਰਲੀਮੈਂਟ ਮਾ ਪਹੁੰਚਾਇਆ, ਚਾਹੇ ਵਾ ਅਸੈਂਬਲੀ ਮਾ ਪਹੁੰਚਾਇਆ, ਚਾਹੇ ਵਾ ਚੇਅਰਪਰਸਨ ਮਾ ਪਹੁੰਚਾਇਆ, DDC ਡਿਸਟ੍ਰਿਕਟ ਲੈਵਲ ਮਾ ਪਹੁੰਚੇ, ਤਾਂ ਉਸਮਾ ਯਾਦ ਹੈ ਮਾਰਾ ਕੋਈ ਸੋਸ਼ਲ ਮੀਡੀਆ ਉਹ ਜ਼ਰੀਓ ਹੈ, ਤੇ ਯਾਦ ਹੈ ਫਿਰ ਮਾਰੇ ਵਾਸਤੇ ਮਾਰਾ ਕੋਲ ਇੱਕ ਜ਼ਰੀਓ ਉਹ ਹੈ ਜਿਹੜਾ ਹਮ ਵੋਟ ਨਗਿਆ ਜ਼ਰੀਏ ਆਪਣੋ ਪਸੰਦੀਦਾ ਜਿਹੜਾ ਆਦਮੀ ਹੈ ਉਹ ਆਮ ਪਹੁੰਚਾਵਾਂਗਾ, ਜਿਹੜਾ ਮਾਰਾ ਇਲਾਕਾ ਵਾਸਤੇ
ਮਾਰੀ ਬੇਰੁਜ਼ਗਾਰੀ ਵਾਸਤੇ ਜਾਂ ਮਾਰਾ ਡਿਵਲਪਮੈਂਟ ਵਾਸਤੇ ਸੜਕਾਂ ਪਾਣੀ ਵਾਸਤੇ ਗੱਲ ਕਰੇ ਉਹ ਮਾਰੇ ਕੋਲ ਸਿਰਫ ਦੋ ਹੀ ਜ਼ਰੀਆ ਹੈ। ਤੋ ਜਿਹੜਾ ਮਾਰਾ ਫਾਰ ਫਲਿੰਗ ਏਰੀਆ ਹੈ ਉਸਮਾਂ ਕਾਫੀ ਘੱਟ ਲੋਕ ਹੈ ਜਿਹੜਾ ਇਸ ਤਬਕਾ ਨਾਲ ਜੁੜਿਆ ਵੀ ਚਾਹੇ ਖੁਸ਼ਕਿਸਮਤੀ ਹੈ ਕਿ ਰਿਆਜ਼ ਸਾਹਿਬ ਤਾਂ ਇਸ ਆਪਣੀ ਗੱਲ ਪਹੁੰਚਾਵੇਂ ਕਿਸੇ ਤੱਕ, ਲੇਕਿਨ ਮਾਰਾ ਜਿਹੜਾ ਅਕਸਰ ਲੋਕ ਹੈ ਵੀ ਇਸ ਸੋਸ਼ਲ ਮੀਡੀਆ ਨਾਲ ਬਹੁਤ ਘੱਟ ਜੁੜਿਆ ਵੇ। ਹੁਣ ਮਾਰੇ ਕੋਲ ਇਹ ਕੀ ਜ਼ਰੀਆ ਹੈ ਜਿਹੜਾ ਕਿ ਹਮ ਆਪਣੂੰ ਸਹੀ ਵੋਟ ਦੇ ਗਏ, ਸਹੀ ਆਦਮੀ ਨਾਮ ਆਪਣੂੰ ਵਕੀਲ ਬਣਾ ਕੇ ਕਿਤੇ ਭੇਜਾਂ ਜਿਹੜਾ ਕਿ ਮਾਰੇ ਜਿਹੜਾ ਦੂਰ ਦਰਾਜ਼ ਦਾ ਇਲਾਕਾ ਇਹਨਾਂ ਵਾਸਤੇ ਗੱਲਬਾਤ ਕਰ। ਇਸ ਜੀ ਜਿਸ ਤਰੀਕੇ ਨਾਲ ਰਿਆਜ਼ ਸਾਹਿਬ ਔਰ ਫਰਮਾ ਰਿਹਾ ਥਾ ਕਿ ਮਾਰਾ ਮੁਖਤਲਫ ਮਸਾਇਲ ਵੇ ਉਹਨਾਂ ਨਾਲ ਲੇ ਗਿਆ ਕਿਤੇ ਨਾ ਕਿਤੇ ਜਿੱਥੇ ਤੱਕ ਕੰਮ ਆਪਣਾ ਵੋਟ ਕੋ ਇਸਤੇਮਾਲ ਨਹੀਂ ਕਰਤਾ ਤਦ ਜਾ ਕੇ ਜਿੱਥੇ ਤੱਕ ਕੰਮ ਇੱਕ ਅੱਛਾ ਔਰ ਪਸੰਦੀਦਾ ਆਪਣੀ ਕਿਸੇ ਸ਼ਖਸੀਅਤ ਨੂੰ ਪਾਰਲੀਮੈਂਟ ਕੇ ਅੰਦਰ ਨਹੀਂ ਪਹੁੰਚਾਸਾਂ ਜਦ ਤੱਕ ਇਹ ਸਾਰੀ ਚੀਜ਼ ਜਿਹੜੀ ਹੈ ਨਾਮੁਮਕਿਨ ਵੇ। ਹੁਣ ਥਾਰੇ ਤੇ ਚੀਜ਼ ਜਾਂ ਗੱਲ ਜਾਣਨਾ ਚਾਹੂੰਗਾ ਕਿ ਮਾਰੀ ਜਿਹੜੀ ਖਵਾਤੀਨ ਵੀ ਵੇ ਅਕਸਰ ਘਰਾਂ ਅੰਦਰ ਨਹੀਂ ਕਿਤੇ ਕਿਤੇ ਕਈ ਮਾਰਾ ਜਿਹੜਾ ਲੋਕ ਕਿਵੇਂ ਜਾਂ ਗੱਲ ਵੀ ਕਹੀ ਕਿ ਚਲੋ ਕਾਰਗੋ ਕੰਮ ਹੋ ਜਾਏ ਅੱਜ ਵੋਟ ਕੋ ਇੱਕ ਦਿਨ ਹੈ ਨਾ ਵੀ ਸੱਟਿਓ ਕੋਈ ਗੱਲ ਨਹੀਂ ਤਾਂ ਮੈਨੂੰ ਕਿਹਾ ਲੱਗਿਆ ਕਿ ਖਵਾਤੀਨ ਜਿਹੜੀ ਉਹਨਾਂ ਨਾਲ ਵੋਟ ਸੱਟਣੋ ਕਿਤਨੋ ਇੰਪਾਰਟੈਂਟ ਹੈ ਕਿਤਨੋ ਜ਼ਰੂਰੀ ਹੈ। ਜੀ ਬਹੁਤ ਸ਼ੁਕਰੀਆ ਥਾਰੋ ਤੁਹਾਨੂੰ ਆਮ ਇਸ ਪ੍ਰੋਗਰਾਮਾਂ ਆਪਣਾ ਮਧੂ ਕਿਉਂ ਕਿ ਤੁਮ ਆਪਣਾ ਵੋਟ ਕੀ ਮੇਰੇ ਪਰ ਗੱਲ ਕਰੋ ਤਾਂ ਤੁਹਾਨੂੰ ਖਵਾਤੀਨਾਂ ਕੀ ਗੱਲ ਕੀ ਤਾਂ ਖਵਾਤੀਨ ਜਾਂ ਗਲਤੀ ਕਰੇ ਜਾਂ ਗਲਤੀ ਕਰੇ ਕਿ ਕੰਮ ਲੱਗੀ ਵੇ ਕਿ ਆਮ ਨਹੀਂ ਜਾ ਸਕਦੀ ਡੰਗਰ ਪਾੜੂ ਕੀ ਘਾਟ ਵੇ ਜਾਂ ਡੇਰਾ ਕਾ ਕੰਮ ਕੀ ਘਾਟ ਵੇ ਮਾਰੀ ਖਾਸ ਕਰ ਗੁਜਰ ਤਬਕਾ ਕੀ ਜਿਹੜੀ ਖਵਾਤੀਨ ਵੇ ਜਾਂ ਕੋਈ ਕਿਤੇ ਦੂਰ ਦਰਾਜ਼ ਇਲਾਕਾ ਮਾ ਵੇ ਤਾਂ ਵੋਟ ਦੇਣ ਵਾਸਤੇ ਜਾਣਾ ਮੁਸ਼ਕਿਲ ਹੋ ਜਾ ਤਾਂ ਵਾ ਇਹ ਗਲਤੀ ਕਰੇ ਕਿਉਂਕਿ ਉਹਨਾਂ ਨਾਲ ਇੱਕ ਵੋਟ ਕੀ ਅਹਿਮੀਅਤ ਵੇ ਇੱਕ ਵੋਟ ਕੀ ਅਹਿਮੀਅਤ ਹੀ ਸ਼ਾਇਦ ਉਹਨਾਂ ਵਾਸਤੇ ਇੱਕ ਸਹੀ ਨੁਮਾਇੰਦੋ ਆਣ ਸਕੇਗੀ ਜਿਹੜੇ ਉਹਨਾਂ ਦੀ ਫਰਾਈ ਬਹਿਬੂਦ ਵਾਸਤੇ ਗੱਲ ਕਰੇਗਾ ਕਿਉਂਕਿ ਸਿਰਫ ਔਰਤਾਂ ਨਾਲ ਪਾਣੀ ਕੀ ਮੁਸ਼ਕਿਲਾਂ ਵੇ ਜਿਸ ਕਿਹੜੀਆਂ ਵੇ ਪਾਣੀ ਕੀ ਮੁਸ਼ਕਿਲਾਂ ਵੇ ਜਾਂ ਕਿ ਤੂੰ ਜਾ ਕੇ ਵੀ ਪਾਣੀ ਆਣੇ ਜਿਸ ਕਿਹੜੀਆਂ ਵੇ ਆਪਣੇ ਵਾਸਤੇ ਸਹੀ ਨੁਮਾਇੰਦੋ ਆਣੇ ਕਿ ਇਹਨੂੰ ਇੱਕ ਵੋਟ ਕੀ ਵਜ੍ਹਾ ਦੂਏ ਆਪਣੇ ਵਾਸਤੇ ਸਹੀ ਇੱਕ ਇਨਸਾਨ ਚੂਜ਼ ਕਰੇਗੀ ਤਾਂ ਸ਼ਾਇਦ ਉਹ ਨਾ ਉਸਕੇ ਕਿਉਂਕਿ ਫਿਰ ਉਹ ਅਗਰ ਜਿਹੜਾ ਨੁਮਾਇੰਦਾ ਹੋਵੇਗਾ ਉਹ ਵੀ ਮਜਬੂਰ ਹੋਵੇਗਾ ਕਿ ਮੈਨਾਂ ਲੋਕਾਂ ਨੇ ਵੋਟ ਦਿੱਤਾ ਹੈ ਤਾਂ ਮੈਨਾਂ ਇਹਨਾਂ ਵਾਸਤੇ ਸਹੀ ਕੋਈ ਕਦਮ ਚਾਣੋ ਹੈ ਤਾਂ ਮਾਰੀ ਔਰਤ ਇਹ ਗਲਤੀ ਕਰੇ ਲੇਕਿਨ ਉਹ ਯੂ ਕਹਿਣਾ ਚਾਹੂੰਗੀ ਕਿ ਵੋਟ ਜਿਹੜੇ ਜਮਹੂਰੀਅਤ ਨਿਜ਼ਾਮ ਹੈ ਇਸਕੋ ਅਹਿਮ ਵੋਟ ਹੀ ਇਸਕੋ ਮਕਸਦ ਵੋਟ ਹੀ ਹੈ ਵੋਟ ਹੀ ਇੱਕ ਜਮਹੂਰੀ ਨਿਜ਼ਾਮ ਬਣੇ ਤਾਂ ਵੋਟ ਦੇਂਗੀ ਤਾਂ ਸਹੀ ਤਰੀਕਾ ਨਾਲ ਜਿਹੜੇ ਇੱਕ ਜਮਹੂਰੀ ਨਿਜ਼ਾਮ ਵੀ ਰਹੇਗਾ ਤਾਂ ਇੱਕ ਤਰੀਕਾ ਕੀ ਇੱਕ ਬਰਾਬਰੀ ਵੀ ਰਹੇਗੀ ਕਿ ਸਾਰਿਆਂ ਵਾਸਤੇ ਬਰਾਬਰ ਕੋ ਹੱਕ ਮਿਲੇਗਾ ਸਭ ਨਾਲ ਇੱਕ ਔਰਤ ਜਿਹੜੀ ਹੈ ਉਹ ਆਪਣਾ ਵਾਸਤੇ ਕੰਮ ਕਰ ਸਕੇਗੀ ਜਾਂ ਕੁਝ ਐਸੀ ਵੀ ਲੜਕੀ ਵੇ ਜਿਹੜੀ ਕਾਲਜ ਕੀ ਵੇ ਜਾਂ ਬਾਕੀ ਕਾਲਜ ਤੋਂ ਉਸਮਾਂ ਵੋਟ ਕੇ ਕਾਬਿਲ ਵੇ ਤਾਂ ਵੇ ਵੀ ਕੀ ਕਰੇ ਕਿ ਨਾ ਹੁਣ ਮੇਰਾ ਇੱਕ ਵੋਟ ਨਾਲ ਕੁਝ ਨਹੀਂ ਹੋ ਸੈ ਬਹੁਤ ਸੀ ਐਸੀ ਲੜਕੀ ਦੇਖੀ ਹੈ ਜਾਂ ਮੈਂ ਵੀ ਐਸਾ ਸੁਣਿਆ ਡੇਰਾ ਮਾਂ ਐਸੀ ਗੱਲ ਹੁੰਦੀ ਨਹੀਂ ਕਿ ਇੱਕ ਵੋਟ ਨਾਲ ਕੁਝ ਫਰਕ ਨਹੀਂ ਪੈਤਾ ਲੇਕਿਨ ਇੱਕ ਵੋਟ ਹੀ ਨਾਲ ਸ਼ਾਇਦ ਪੂਰਾ ਨਿਜ਼ਾਮ ਬਦਲ ਸਕੇ ਇੱਕ ਵੋਟ ਨਾਲ ਵੇ ਇੱਕ ਸਹੀ ਵਿੱਚ ਆਣ ਸਕੇ ਇੱਕ ਸਹੀ ਨੁਮਾਇੰਦਾ ਨਾ ਵੀ ਆਪਣੇ ਵਾਸਤੇ ਉਹ ਕਰ ਸਕੇ ਮੰਤਖਬ ਕਰ ਸਕੇ ਔਰ ਗਲਤ ਨੁਮਾਇੰਦਾ ਨਾ ਵੀ ਕਦੇ ਵੀ ਸਹੀ ਨਾ ਕਰੇਗੀ ਤਾਂ ਉਹ ਸਹੀ ਕੰਮ ਕਰੇਗਾ ਕਦੇ ਵੀ ਗਲਤ ਨਾ ਵੀ ਕਰੇਗੀ ਤਾਂ ਫਿਰ ਵੀ ਸ਼ਾਇਦ ਉਹਨਾਂ ਨੇ ਆਪਣਾ ਵੋਟ ਕੋਈ ਹੋਵੇਗਾ ਕਿ ਮੈਂ ਆਪਣਾ ਵੋਟ ਜ਼ਾਇਆ ਨਹੀਂ ਕੀਓ। ਜੀ ਰਿਆ ਸਾਹਿਬ ਜਿਸ ਤਰੀਕੇ ਨਾਲ ਇਹ ਫਰਮਾ ਰਹੀ ਥੀ ਇਸ਼ਰਤ ਜੀ ਔਰ ਜ਼ਾਹਿਰ ਦੀ ਗੱਲ ਹੈ ਕਿਉਂਕਿ ਵੋਟ ਸੱਟਣੋ ਬੜਾ ਜ਼ਰੂਰੀ ਹੈ ਔਰ ਬਗੈਰ ਵੋਟ ਤੈਂ ਤਮ ਇੱਕ ਸਹੀ ਨੁਮਾਇੰਦਾ ਕੋ ਜਿਹੜਾ ਇੰਤਖਾਬ ਹੈ ਉਹ ਨਹੀਂ ਕਰ ਸਕਦਾ ਔਰ ਇਹ ਜ਼ਰੂਰੀ ਵੀ ਹੈ ਕਿਉਂਕਿ ਜਿਸ ਵਕਤ ਹਮ ਦੇਖਾਂ ਮਾਰਾ ਜਿਹੜਾ ਦੇਹੀ ਇਲਾਕਾ ਹੈ ਮੁੱਚ ਸਾਰੀ ਮੁਸ਼ਕਲਾਂ ਕੋ ਲੋਕਾਂ ਦਾ ਸਾਹਮਣੋ ਰਹੇ ਔਰ ਕਈ ਲੋਕ ਕਿਆ ਕਹਿ ਕਿ ਵੇ ਵੋਟ ਅਕਸਰ ਕਿਉਂਕਿ ਜਿਸ ਵਕਤ ਵੀ ਪਹਿਲਾਂ ਕਿਹਾ ਵੈ ਥੋ ਕਿ ਬਾਜ਼ਾਬਤਾ ਇੱਕ ਐਲਾਨ ਗਾੜੀ ਆ ਜਾਏ ਥੀ ਕਿ ਫਲਾਣਾ ਨਾ ਵੋਟ ਦਿਓ ਯਾਨੀ ਕਿ ਉਤੋਂ ਜ਼ਿਆਦਾ ਇਲਮ ਨਹੀਂ ਵੈ ਥੋ ਕਿ ਇਹ ਨੁਮਾਇੰਦੋ ਜਾਂ ਜਮਾਤ ਜਾਂ ਕੋਈ ਵੀ ਜਿਸ ਨਾਲ ਵੋਟ ਦੇਣੋ ਹੈ ਜੋ ਕੌਣ ਹੈ ਉਸ ਨਾਲ ਕਾ ਜਾਣ ਪਛਾਣ ਵੀ ਉਤਨੀ ਜ਼ਿਆਦਾ ਨਹੀਂ ਵੈ ਸੀ ਤਦ ਉਸ ਮਾਜ਼ੀ ਮਾਂ ਅਤੇ ਅੱਜ ਇਸ ਹਾਲ ਮਾਂ ਤੁਹਾਨੂੰ ਕੀ ਲੱਗਿਆ ਕੁਛ ਤਬਦੀਲੀ ਆਈ ਵੀ ਹੈ ਖਾਸ ਕਰਕੇ ਅਗਰ ਹਮ ਗੁਜਰ ਬਕਰਾ ਤਬਕਾ ਦੀ ਗੱਲ ਕਰਾਂ। ਜੀ ਬੇਸ਼ੱਕ ਬਹੁਤ ਜ਼ਿਆਦਾ ਤਬਦੀਲੀ ਆਈ ਵੀ ਹੈ ਕਿਉਂਕਿ ਅੱਜ ਸੋਸ਼ਲ ਮੀਡੀਆ ਕੋ ਦੌਰ ਹੈ
तो आज पतो चले बंदा ना कि मारो कौन आदमी मारे काम हुआ है, यानी कि कौन मारी सही गल अगे तक पहुंचा सके। क्योंकि पहला लोग जैसा तुमने फरमाया कि सीधा साधा लोग नहीं था, सिर्फ रेडियो नू प्रोग्राम बैठो। आज तो हर पार्लियामेंट या हर असेंबली या हर डिस्ट्रिक्ट लेवल बोर्ड मीटिंग में मारी तो मारी गल जी वे सामने आ जाए, वो तमना पतो चल जाए कि मारे वास्ते सही गल कौन कर रहा है तो गलत गल कौन कर रहा है। इस वजह से अगर मारा मतलब जोड़ा लोग हैं जोड़ा वोट नहीं छता तो मिना लगे जोड़ा वोट नहीं देता तो वे एक ज्यादती कर रहे हैं। ज्यादती या कर रहे हैं कि कुछ आदमी जोड़ा मतलब बायकाट कर गया, जैसे हमारे बची नहीं आन क्यों बड़ी सही गल क्यों कि कुछ आदमी जोड़ा वे क्या वोट ना कहेंगे चलो जी दितो ना दितो एक ही गल है हूँ के फर्क पै जाए हमारा वोट ना, तो उसकी वजह से आपना वो आदमी गलत वह जो वो चूज हो जाए तो जो वो सही आदमी वह वो पीछे रह जाए। इस वजह से मेरी समझ में जोड़ा आदमी नहीं वोट दे रहा है वो जोड़ा दे आ उन्हना भी एक ज्यादती कर रहा है। तो हर आदमी इस वक्त जैसा तुमने क्योंकि मतलब आज पहचान है इंसान की कि कौन किस हद तक जा सके, कौन मारे वास्ते सही कर सके, कौन मारे वास्ते गलत कर सके, तो वो हमारे सामने आज सारों कुछ है क्योंकि सोशल मीडिया वो दूर है। तो बहरहाल जो आदमी जिस आदमी ने चाहे जिसने जो अच्छो लगे अच्छी सोचना, तो हमारे रिया सब एक और छोटी सी प्रॉब्लम हमारा इलाका में खासकर जोड़ा ये देहाती इलाका है आमना पहला वोट वो जैसा तो पता है वो पर्ची पे देना पे, तो आज आमना एक मशीन है उसमें मशीन वो वोट देना पे, तो उसमें मारा रिसेंटली मारा ये कुछ दिन पहला मारा इलेक्शन होया खासकर श्रीनगर सीट को, तो उसमें मैं देखियो अक्सर लोगों ने जोड़ा मारा बुजुर्ग है या हमारे बुजुर्ग माँ है बहनी जोड़ा बुजुर्ग लोग हैं तो उन्होंने जाकर पता लगे उद के जो निशान है कि एक साइड पे निशान रखे हुए और दूसरी साइड बटन में, तो कई लोग में देखे ऐसा कि वे निशान वो जाकर बटन दबता रहे बल्कि ऐसा नहीं होता है। क्योंकि आम ना भी चाहिए कि मारा जड़ा लड़का है पढ़ा लिखा लड़का है जड़ा जड़ा ना पतो है वो जड़ा बुजुर्ग लोग हैं उन्होंने समझाना चाहिए, क्योंकि अगर आम काफी रिया सब दूर दूर चल गया वहां वोट देने वास्ते जैसा कि मारी बहक भी आज मारा लोग बहका में गया भी टोका मोहर गया आम ना 10-10 15-15 किलोमीटर कट गया आने पे वोट देने वास्ते, तो वो तो मारा या जोड़ा नौजवान ही उनकी एक जिम्मेदारी बने कि वे अपना बुजुर्गों ने यह समझाया हमें कि एक साइड में उसका निशान है और दूसरी साइड में उसके बटन है, क्योंकि कई लोग मतलब बहुत ज्यादा टाइम लगे और टाइम वाला जोड़ा बाहर का लोग भी उन्होंने भी उसके नाल काफी ज्यादा प्रॉब्लम है, तो उन्होंने उस वक्त चाहिए कि अपना कारगन आप समझा गया चलाना कि इस साइड में निशान है मतलब के निशान है वह किसना देना चाहे तम तो, और दूसरी साइड में उसके बटन है वो बटन जिस वक्त में दबेंगा तो फिर उस साइड में उसको नक्शो आ जाओ कि तमने किस उम्मीदवार ना वोट दी है, क्योंकि हम दूरों लोग आवा लगा भी तो हमारे वास्ते ये जरूरी है, तो हम अपना वालदेन जोड़ा बुजुर्ग है जोड़ा भी समझाना चाहिए। तो बहरहाल आज हर एक ना पतो है कि है तो, लेकिन यह गल कहना चाहें कि हम इंशाल्लाह शुरू तो कहता है हूँ मारी एक वजह है कि हमारा मतलब सही सीजन में इलेक्शन नहीं होता, जिस तरह के मतलब हमारा डेरा ग्रामा में था तो उस टाइम अगर इलेक्शन हो जाए बाद और ज्यादा बेहतर था, क्योंकि हम जोड़ा बहुत बुजुर्ग लोग था फिर एक कोई तो किसी एक ना माल ना रहना ही पे, तो इस वजह से या मतलब हमारा ये जोड़ा शिफ्ट करने वाला लोग हैं हमारा गुजर बकरवाल बकरवाल लोग हैं खासकर, तो आला अनंतनाग कॉन्स्टिट्यूंसी को इलेक्शन होने जो है तो वे हमारा कुछ काफी सारा लोग आ गया, तो मैं एक बुजुर्ग ने पूछो तो पिछले दिन मेरा चाचा वोट को क्या कराओ खैर वोट तो देना जरूरी था तो हूं बकरियां ना कोई नहीं, लेकिन उसका दिल में एक तड़फ थी कि हम वोट वोट देना जरूरी है वोट की अहमियत ना, लेकिन मारो यो जो सीजन है ये सीजन ये भी एक हमारे वास्ते बहुत जरूरी है कि अगर हमारा मतलब जित हमारा डेरा गिरावा में भी तो उस टाइम हमारा इलेक्शन हो जाए तो इसमें हम बहुत ज्यादा फायदा।
ਇਸ ਵਿੱਚ ਜਿਸ ਤਰੀਕੇ ਨਾਲ ਰਿਆ ਸਾਹਿਬ ਫਰਮਾ ਰਿਹਾ ਥਾ ਕਿ ਕਿਤੇ ਨਾ ਕਿਤੇ ਅਵੇਅਰਨੈਸ ਕੀ ਕਮੀ ਹੈ, ਯਾਨੀ ਕਿ ਮਾਰੀ ਜਿਹੜੀ ਖਵਾਤੀਨ ਨੇ ਜਾਂ ਮਾਰਾ ਜਿਹੜਾ ਬਜ਼ੁਰਗ ਹੈਗੇ, ਖੈਰ ਲਿਖਿਆ ਪੜਿਆ ਨੌਜਵਾਨ ਜਿਹੜਾ ਵੀ ਇਸ ਗੱਲ ਨਾਲ ਬਾਖੂਬੀ ਸਮਝ ਸਕੇ ਕਿ ਕਿਸ ਤਰੀਕੇ ਨਾਲ ਵੋਟ ਦੇਣਾ ਹੈ, ਲੇਕਿਨ ਪਹਿਲਾਂ ਇੱਕ ਮਾਜ਼ੀ ਮੇਂ ਇੱਕ ਨਿਜ਼ਾਮ ਹੈ ਤੋ ਇੱਕ ਪਰਚੀ ਕੇ ਉੱਪਰ ਵੋਟ ਸੱਟਿਓ ਜਾਏ ਤੋ ਉਸਕਾ ਅੱਜ ਜਿਹੜਾ ਹੈ ਇੱਕ ਬਿਲਕੁਲ ਬਦਲ ਗਿਆ, ਮਤਲਬ ਡਿਜੀਟਲ ਹੋ ਗਿਆ ਸਾਰਾ ਕੁਝ, ਮਸ਼ੀਨ ਆ ਗਈ ਹੈ, ਮਸ਼ੀਨਾਂ ਦੇ ਜ਼ਰੀਏ ਵੋਟ ਸੱਟਣਾ ਪਏ। ਤਮਨੇ ਕਹਿ ਲਗੇ ਕਿ ਦਾ ਇੱਕ ਨਾ ਕਿ ਦਾ ਮਾਰੀ ਜਿਹੜੀ ਖਵਾਤੀਨ ਨੇ ਉਹਨਾਂ ਨਾਲ ਵੀ ਇਸ ਕਾ ਵਿੱਚ ਪ੍ਰੋਬਲਮ ਆਇਆ, ਔਰ ਮਾਰਾ ਜਿਹੜਾ ਇਹ ਨੌਜਵਾਨ ਨੇ ਖਾਸ ਕਰਕੇ ਜਿਹੜਾ ਇਹ ਸਮਾਜੀ ਕਾਰਕੁਨ ਨੇ ਇਹਨਾਂ ਨੇ ਕੀ ਕਿਰਦਾਰ ਅਦਾ ਕਰਨੂ ਚਾਹੀਏ ਲੋਕਾਂ ਨੂੰ ਸਮਝਾਉਣ ਵਾਸਤੇ ਕਿ ਤਮਨਾ ਵੋਟ ਪਹਿਲਾਂ ਹੀ ਫਰਜ਼ ਕਰੋ ਇੱਕ ਇਲੈਕਸ਼ਨ ਹੈ, ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਏ ਕਿ ਕਿਸ ਤਰੀਕੇ ਨਾਲ ਵੋਟ ਕੋ ਇਸਤੇਮਾਲ ਕਰਨਾ ਹੈ, ਤਾਂ ਕਿ ਜਿਸ ਵੀ ਨੁਮਾਇੰਦਾ ਨਾਲ ਆਪਾਂ ਵੋਟ ਦੇਣ ਤਾਂ ਉਹਨੂੰ ਵੋਟ ਜਿਹੜਾ ਉਸਕੋ ਸਹੀ ਇਸਤੇਮਾਲ, ਕਿਉਂਕਿ ਵੇ ਸਹੀ ਨੀਅਤ ਨਾਲ ਜੀ ਜਿਸ ਵਕਤ ਵੋਟ ਗਲਤ ਹੋ ਜਾਏ ਤਾਂ ਵਕਵਾ ਵੀ ਕਿਤੇ ਨਾ ਕਿਤੇ ਜਿਹੜੀ ਹੈ ਵਾ ਨਾਇਨਸਾਫੀ ਹੈ ਇੱਕ ਜਮਹੂਰੀ ਮੁਲਕ ਦੇ ਅੰਦਰ। ਤੁਹਾਨੂੰ ਕੀ ਲੱਗਿਆ ਕਿ ਮਾਰਾ ਨੌਜਵਾਨਾਂ ਨਾਲ ਚਾਹੇ ਵੇ ਸਮਾਜਿਕ ਕਾਰਕੁਨ ਖਵਾਤੀਨ ਵੇ ਜਾਂ ਮਰਦ ਵੇ, ਉਹਨਾਂ ਨੇ ਕੀ ਕਰਨਾ ਚਾਹੀਏ? ਜੀ, ਤੁਹਾਨੂੰ ਸਹੀ ਗੱਲ ਕੀ ਕਿ ਕਹੀਂ ਨਾ ਕਹੀਂ ਵੋਟ ਜਿਸ ਕਿ ਇਤਨੀ ਦੂਰੋਂ ਜਾਣ ਨਾ ਵੋਟ ਜਾਣ ਨਾ ਜਾਏਗਾ ਤਾਂ ਫਿਰ ਉਹ ਸਹੀ ਵੀ ਦੇਣਾ ਚਾਹੀਏ ਵੋਟ। ਅਵੇਅਰਨੈਸ ਕੀ ਬਹੁਤ ਜ਼ਿਆਦਾ ਜ਼ਰੂਰਤ ਹੈ, ਅਵੇਅਰਨੈਸ ਹਰ ਲੈਵਲ ਪਰ ਹੋਣੀ ਚਾਹੀਏ, ਕਿਉਂਕਿ ਜਿਸ ਕਿਹੜੀਆਂ ਲੋਕ ਫਾਰ ਫਲੰਗ ਦੂਰ ਦੂਰ ਦਾ ਇਲਾਕਾ ਰਹੇ ਤਾਂ ਉਹ ਤਾਂ ਉਹਨਾਂ ਨਾਲ ਜ਼ਰੂਰੀ ਹੈ ਕਿ ਉਹਨਾਂ ਵਾਸਤੇ ਅਵੇਅਰਨੈਸ, ਕੋਈ ਪੜ੍ਹਿਆ ਲਿਖਿਆ ਵੀ ਲੋਕ ਵੇ ਤਾਂ, ਲੇਕਿਨ ਬਹੁਤ ਸਾਰੇ ਐਸਾ ਵੀ ਮਾਰਾ ਲੋਕ ਹੈ ਖਵਾਤੀਨ ਨੇ ਜਿਹੜੀ ਡੇਰਾ ਹੀ ਵੇ ਜਿਹੜੀ ਬਾਹਰ ਨਹੀਂ ਨਿਕਲ ਸਕਦੀ ਤਾਂ ਵੀ ਅਨਪੜ੍ਹ ਵੀ ਵੇ, ਉਹਨਾਂ ਨੇ ਨਹੀਂ ਕੁਝ ਇਸ ਬਾਰੇ ਮਾ ਪਤਾ ਹੋ ਤਾਂ ਅਵੇਅਰਨੈਸ ਕੀ ਜ਼ਰੂਰਤ ਹੈ। ਉਸ ਤੋਂ ਪਹਿਲਾਂ ਹੀ ਜਿਸ ਕਿਹੜੀਆਂ ਇਲੈਕਸ਼ਨ ਆਉਣ ਵਾਲਾ ਹੈ ਜਾਂ ਕੁਝ ਆਉਣ ਵਾਲਾ, ਉਸ ਤੋਂ ਪਹਿਲਾਂ ਅਵੇਅਰਨੈਸ ਦੇ ਪ੍ਰੋਗਰਾਮ ਚੱਲਣਾ ਚਾਹੀਏ ਪੰਚਾਇਤ ਲੈਵਲ ਪਰ ਜਾਂ ਇਸ ਤਰ੍ਹਾਂ ਕੋ ਪ੍ਰੋਗਰਾਮ ਕੀ, ਤਾਂ ਉਹਨਾਂ ਨੇ ਵੋਟ ਕੀ ਅਹਿਮੀਅਤ ਕੇ ਬਾਰੇ ਮਾ ਦੱਸਣਾ ਚਾਹੀਏ ਕਿ ਵੋਟ ਥਾਰੇ ਵਾਸਤੇ ਕਿਤਨਾ ਜ਼ਰੂਰੀ ਹੈ ਜਾਂ ਥਾਰੇ ਵਾਸਤੇ ਇੱਕ ਸਹੀ ਨੁਮਾਇੰਦਾ ਕੀ ਕਰ ਸਕਿਆ ਕੋ ਤੁਮ ਜਿਸਕੇ ਸਹੀ ਨੁਮਾਇੰਦਾ ਨਾਲ ਵੋਟ ਦੇਗਾ, ਜਾਂ ਦੂਜੀ ਚੀਜ਼ ਹੈ ਕਿ ਤੁਮਣਾ ਵੋਟ ਕਿਸ ਤਰੀਕਾ ਨਾਲ ਦੇਣਾ ਹੈ, ਤੁਮਣਾ ਕਿਤ ਬਟਨ ਦਬਾਉਣਾ ਹੈ ਕਿਤ ਨਹੀਂ ਦਬਾਉਣਾ, ਕਿਉਂਕਿ ਕਦੇ ਵੀ ਇਤਨਾ ਦੂਰੋਂ ਜਾ ਕੇ ਕਰੇਗਾ ਉਹ ਜਾ ਕੇ ਬਟਨ ਦਬਾਉਣ ਕੀ ਨਹੀਂ ਆਸ ਹੈ ਜਾਂ ਕੁਝ ਕਰਨ ਕੀ ਨਹੀਂ ਆਸ ਹੈ, ਜਾਂ ਗਲਤ ਬਟਨ ਦਬਾ ਕੇ ਆ ਜਾਏਗਾ ਤਾਂ ਉਹ ਵੀ ਇੱਕ ਨਾਇਨਸਾਫੀ ਹੋ ਜਾਏਗੀ। ਤਾਂ ਔਰਤਾਂ ਵਾਸਤੇ ਨਹੀਂ ਜਾਂ ਇੱਕ ਬਜ਼ੁਰਗ ਮਰਦਾਂ ਵਾਸਤੇ ਵੀ, ਜਿਹੜਾ ਬਜ਼ੁਰਗ ਲੋਕ ਹੈ ਜਿਹੜਾ ਨਹੀਂ ਜਾ, ਜਿਹੜਾ ਵੋਟ ਦੇਣ ਨਾਲ ਨਹੀਂ ਜਾ ਸਕਦਾ, ਡੇਰਾ ਮਵੇਂ ਕੁਝ ਅਪਾਈ ਜਿਵੇਂ ਕੁਝ ਮਜ਼ਦੂਰ ਵੇ ਨਹੀਂ ਜਾ ਸਕਦਾ, ਮਾਜ਼ੂਬ ਹੋਵੇ ਜਾਂ ਕੁਝ, ਤਾਂ ਉਹਨਾਂ ਨਾਲ ਵੀ ਵੋਟ ਵਾਸਤੇ, ਕਿਉਂਕਿ ਉਹਨਾਂ ਦੀ ਵੀ ਇੱਕ ਸ਼ੌਕ ਹੈ ਕਿ ਮਾਰੋ ਵੋਟ ਵੀ ਆਉਣਾ ਚਾਹੀਏ, ਕਿਉਂਕਿ ਐਸਾ ਡੇਰਾ ਮਾ ਮਾਰਾ ਡੇਰਾ ਮਾ ਵੀ ਖੁਦ ਐਸਾ ਬਜ਼ੁਰਗ ਵੇ ਜਿਹੜਾ ਕਿ ਉਹ ਵੀ ਵੋਟ ਦੇ ਤੋ ਆ ਇੱਕ, ਹਾਲਾਂਕਿ ਵੇ ਕਹੇਗਾ ਕਿ ਮਾਉਣ ਮਾ ਆਮ ਮਾਰਾ ਥੋੜ੍ਹਾ ਜਿਹਾ ਟਾਈਮ ਹੈ, ਲੇਕਿਨ ਆਮ ਆਪਣੇ ਆਉਣ ਵਾਲਾ ਵਾਸਤੇ ਇੱਕ ਜਿਹੜਾ ਮਾਰੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਵਾਸਤੇ ਸਹੀ ਇੱਕ ਨਿਜ਼ਾਮ ਬਣਾ ਗਿਆ ਜਾਂ, ਤਾਂ ਉਹਨਾਂ ਦੀ ਵੀ ਆਵੇ, ਉਹਨਾਂ ਨੇ ਵੀ ਲੈ ਕੇ ਜਾਣਾ ਚਾਹੀਏ ਵੋਟ, ਉਹਨਾਂ ਨੇ ਵੀ ਇਸ ਵੋਟ ਕਾ ਵਾਰਾ, ਉਹਨਾਂ ਨੂੰ ਵੀ ਵੋਟ ਦਵਾਉਣਾ ਚਾਹੀਏ, ਜੇ ਉਹਨਾਂ ਕੀ ਜੇ ਵਿਚਾਰਤਾ ਹੋਇਆ ਕਿ ਮਾਮਲਾ ਕਿਸ ਨਾਲ ਵੋਟ ਦੇਣਾ ਹੈ ਜਾਂ ਕਿਸ ਨਾਲ ਨਹੀਂ ਦੇਣਾ, ਤਾਂ ਵੀ ਆਪਣਾ ਤਰੀਕਾ ਨਾਲ ਵੋਟ ਦੇਗਾ, ਤਾਂ ਅਵੇਅਰਨੈਸ ਕਿ ਹੋਣਾ ਜ਼ਰੂਰੀ ਹੈ। ਬਹੁਤ ਜ਼ਰੂਰੀ, ਜਿਸ ਤਰੀਕੇ ਨਾਲ ਇਸਤਰ ਜੀ ਔਰ ਫਰਮਾ ਰਹੀ ਥੀ ਕਿ ਅਕਸਰ ਮਾਰਾ ਜਿਹੜਾ ਕੁਝ ਐਸਾ ਲੋਕ ਵੀ ਵੇ ਜਿਹੜਾ ਡੇਰਾ ਮਾਵੇ ਅਪਾਹਜ ਵੇ, ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਕੀ ਜਾਨਬ ਤੇ ਉਹਨਾਂ ਨੇ ਪਹਿਲਾਂ ਹੀ ਇੱਕ ਫਾਰਮ ਜਿਹੜੀ ਹੈ ਵਪਾਰੀ ਜਾ, ਔਰ ਫਾਰਮ ਤੋਂ ਬਾਅਦ ਜਿਹੜਾ ਹੈ ਉਸਕੋ ਵੋਟ ਜਿਸ ਵਕਤ ਉਸਕੀ ਇੱਕ ਸ਼ਨਾਖਤ ਹੋ ਜਾਏ ਕਿ ਕਿਸ ਡੇਰਾ ਦੇ ਅੰਦਰ ਇਸ ਕਿਸਮ ਕੋ ਜਿਹੜੇ ਵੋਟਰ ਹੈ, ਤਾਂ ਕਿ ਉਸਕੋ ਵੋਟ ਜਿਹੜਾ ਉਹ ਵੀ ਲਿਓ ਜਾ ਸਕੇ, ਉਸਕੀ ਰਾਏ ਵੀ ਲੀ ਜਾ ਸਕੇ ਨੁਮਾਇੰਦਾ ਬਣਾਉਣ ਵਾ। ਤਾਂ ਤੁਹਾਨੂੰ ਕੀ ਲੱਗਿਆ ਕਿ ਇਸਕਾ ਉੱਪਰ ਜਿਹੜਾ ਦੇਹੀ ਇਲਾਕਾ ਹੈ ਉਹਨਾਂ ਅੰਦਰ ਕਿਤਨੇ ਇੱਕ ਅਮਲ ਵੈ ਮਾਰਾ, ਕਈ ਐਸਾ ਲੋਕ ਤਾਂ ਨਹੀਂ ਰਹਿਤਾ ਜਿਹੜਾ ਅਪਾਹਜ ਵੇ ਉਹਨਾਂ ਤੱਕ ਫਿਰ ਵਾ ਫਾਰਮ ਜਿਹੜੀ ਹੈ ਵੇ ਭਰਨ ਮਾ ਕਿਤੇ ਨਾ ਕਿਤੇ ਨਾਕਾਮ ਰਹੇ, ਫਿਰ ਉਹਨਾਂ ਨੂੰ ਵੋਟ ਜਿਹੜਾ ਹੈ ਉਹ ਆਪਣਾ ਵੋਟ ਜਿਹੜਾ ਉਸਕੋ ਇਸਤੇਮਾਲ ਨਹੀਂ ਕਰ ਸਕਦਾ। ਐਸੋ ਮਾਰਾ ਇਲਾਕਾ ਮਾ ਐਸੋ ਨਹੀਂ, ਮਤਲਬ ਫਾਰ ਫਲਿੰਗ ਏਰੀਆ ਜਿਹੜਾ ਜਿਹੜਾ ਵੀ ਅਪਾਹਜ ਲੋਕ ਸਾ ਰਿਆਸਤ ਸਬੂਤ ਤੱਕ ਗੌਰਮੈਂਟ ਦੀ ਸਹੂਲੀਅਤ ਪਹੁੰਚੀ ਉਹਨਾਂ ਤੱਕ ਲੋਕ ਪਹੁੰਚਿਆ, ਐਸ ਬੀਐਲਓ ਜਿਹੜਾ ਮਾਰਾ ਕੰਮ ਕਰੇ ਥਲਾਵੇ ਵੀ ਉਹਨਾਂ ਤੱਕ ਪਹੁੰਚਿਆ, ਤਾਂ ਉਹਨੀ ਮਰਜ਼ੀ ਥੀ ਵੋਟ ਕਿਸ ਨਾ ਦੇਤਾ, ਲੇਕਿਨ ਯਾ ਗੌਰਮੈਂਟ ਕੀ ਇੱਕ ਬੜੀ ਅੱਛੀ ਮਤਲਬ ਇਹਨਾਂ ਨੇ ਇੱਕ ਰਾਏ ਦਿੱਤੀ ਕਿ ਮਤਲਬ ਤੁਮ ਕਰੇ ਕਰੇ ਜਾ ਜਿਹੜਾ ਅਪਾਹਜ ਲੋਕ ਜਾਂ ਜ਼ਿਆਦਾ ਬਜ਼ੁਰਗ ਜਿਹੜਾ ਉਹਨਾਂ ਨੂੰ ਵੋਟ ਲਿਓ,
उसमें हमारा इलाका में नहीं प्रॉब्लम आई, पर इतनी मैं कुछ किधे किधे जगह में देखी कि हमारा कई नौजवान जो बच्चा ही हमारा जो 18 साल से ऊपर हो गए, तो उन्हें काफ़ी लोगों ना वोट आने दर्ज नहीं हुए वो, तो यह भी हमारे ना एक नाइंसाफी वह लगी भी। तो बाकी जरा यह स्कीम है जी कारगर जानगी, तो इस वास्ते हमारा इलाका में गया ही तो वोट दिता ही लोगों ने। मतलब जिस तरीके ना तुम यह कहें कि हमारा कई लोग ऐसा है जरा 18 साल की उम्र पार कर गया, वोट का हकदार ही, लेकिन उन्होंने अजा तक वोट दर्ज नहीं होया, इसकी क्या वजह रही कि क्यों, मतलब या अवेयरनेस की कमी है या फिर सरकार का जरा लोग जिन्हें की जिम्मेदारी है वे थारा तक नहीं पहुँच सकया या तम उन्हें तक नहीं पहुँच सकया, आखिर किस किस्म की जी मुश्किल रहे ताकि हमारा जरा ऑफिसर हजरात हैं वे भी सुने या बाकी जरा लोग हैं इसको कोई ना कोई हल जो वो तलाश किया जा सके। असल में हमारा जरा सरकार ने BLO लगाया नहीं भी अपने ग्राम में लगाए लोकल ही, तो कोई गैर नहीं है दूर का नहीं है, अपना अपना ग्राम गाई। लेकिन यह हमारा लोगों की कोताही है, गलती है हमारा लोगों की कि वे इसमें ज़्यादा उतनों सीरियस नहीं लेता। जिसरा कि अपना आधार कार्ड देना पेवे, आधार कार्ड को रूपा तो चला कि इसकी उम्र कितनी है, या डेट ऑफ बर्थ देनी पेवे, तो उस लगे कि हमारा लोग हैं जोड़ा काफ़ी मतलब इस चीज़ ना समझी खुदगर्जी के, मतलब चलो वोट ना के करना है। लेकिन वोट हर हाल में लोड़ा लगू, मतलब वोट सिर्फ वोट देने वास्ते नहीं लोड़ तो, लेकिन वोट में इंदराज होना बड़ी गल है, क्योंकि उसे ना इंसान की एक शनाख्त है और पता चले बंदो की तू है, कल कुछ भी हो सके। तो इस वजह से जी तक रियासत हूँ समझू लोगों भी, तो हमारा लोगों की कोताही है या कि हम वक्त पर जोड़ा भी डॉक्यूमेंट्स लोड़े जी ला उन्होंने नहीं पेश करता, इस वजह से हमारा जरा कुछ 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 लोग इन्हें चुना जरा ही रह गया इसमें, जरा कि वोट में इंदराज नहीं होया। जी तो बहरहाल जिस तरह हमने पहला क्योंकि अवेयरनेस बहुत ज़्यादा ज़रूरत है, खासकर मतलब हमारा जरा सोशल एक्टिविस्ट हैं या हमारा जरा भी इस मीडिया शोभा ना जुड़े भी, तो मामला अवेयरनेस की बहुत ज़्यादा ज़रूरत है, क्योंकि हम लोगों ना कहीं ना यो पता ही नहीं है कि वोट है क्या है। चलो आए होते क्यों ना गए होते कोई ज़रूरी नहीं है, लेकिन एक वोट ना कितनी तकदीर बदल सके ये हमें पता नहीं है। तो बहरहाल हम उसमें नहीं जाना चाहता, लेकिन कहना यह चाहवा लगा भी कि एक वोट की कितनी कीमत है, अगर हमने यो पता चल जाए कि एक वोट ना के बने कितनी कीमत है और कितनी तकदीर बदल सके, तो शायद तारी गल मुझे मिलने लग तो कि पिछड़ों कोई आदमी जाहिर है। जी गल है कि एक वोट का नाल ही एक अच्छा और बुरा नुमाइंदा को इंतखाब भी हो बेशक सके, क्योंकि जमहूरियत की यह एक खूबसूरती है, उन्होंने आवाम ना हक दितो हासिल है कि वे अपनों किस किस्म को अपना काम कराने वास्ते तमीर व तरक्की या दीगर चीज़ों का वास्ते उन्होंने ना ही हक दितो है कि तुम एक अपना नुमाइंदा को बेशक, इंतखाब और कर हमारा लोग सके। यह भी अक्सर सोची ना जरिया साहब जैसा कि तुमने पता है हमारा जरा फार फ्लिंग एरिया लोग ही, हम यह सोच लें कि भाई यो मारो आदमी आ गया यो ठीक नहीं है, जिस टाइम अच्छो अच्छो आदमी पीछा रहे हो तो गलत नहीं आदमी नहीं आगे आनू ही आनू है, क्योंकि अगर अच्छो आदमी आगे आ गया मारो नौजवान किसी भी मतलब, चाहे हम वार्ड मेंबर की गल करा या हम सरपंच की गल करा या हम BDC की गल करा DDC की गल करा, हम काफ़ी लोग बैठ में यह चीज़ भी कहा यार यो बंदो सही नहीं है, तो और वो सही क्यों नहीं आता, सही जब पीछे रह जाए तो गलत नहीं आगे आनू ही आनू है, बिल्कुल तो उस टाइम हम पछतावा फिर हमने धोखो लग गया, फिर हम कहाँ कि हम यह गलती कर चुके हैं। लेकिन अगर हम पहले ही तो यह गलती सुधार लिया, हम पहले अपना अच्छो आदमी काम करने वालों आदमी ने सामने ले आवा और उसने ठीक ठाक तरीका ना वोट देंगे, तो फिर हमने पता चल जाए, फिर हम वह गलती अपने पछता सा नहीं कि हमने गलत कर छोड़ो कि ये बंदो सही या गलत, फिर या नहीं कह सकते। बिल्कुल इस जी माजी में यो है तो कि हमारी जो जमहूरियत की अगर हम गल करें जी
सिर्फ इस्बली नुमाइंदा तक महदूद रहती, लेकिन कुछ एक अरसा तें मतबित जमहूरी निज़ाम जो वो जमीनी सतह के ऊपर भी लागू किया गया, जिस तरीके पंचायत इलेक्शन की हम गल करें, एक पंच बनाया गया ताकि वो अपना वार्ड के अंदर लोगों का मसायल देखा है, फिर उस तो बाद सरपंच गिराया लेवल पर है, फिर ब्लॉक लेवल पर भी, फिर डिस्ट्रिक्ट लेवल पर भी। तमने के लगा कि यह जी जमहूरीत इस तरीका का नाल हमारा इन इलाकों के अंदर खास करके आबादी कश्मीर जम्मू कश्मीर के अंदर फुल है फल है, इसको कितने एक फायदो लोग ना कई फायदो है इसको? जी लोगों ने इसको काफ़ी फायदा है, जिस कड़ियाँ पहला अगर आज ग्राया तक आ गई है तो ग्राया में लोगों ने ज़्यादा इंसान लोग ईजी तरीका नाल गल कर सकेगा और उन्होंने को ही है कभी पंचायत को उत्ते ही है तो वे उन्होंने जान पहचान वालों मैंबर है तो वे उसके नाल अपने खुल के गल कर सकेगा कि मारे की मसाइल है तो वे अपना मिसाइल दस सकें, शायद वे मिसाइल किसी और ना नहीं दस सकते जरा उस ना दस सकेगा कभी अपना ही उसको वैगो कोई नज़दीक को कोई या पंचायत लेवल पर, क्योंकि पंचायत जो है छोटा उसको है ग्रां लेवल को है तो ग्राम में वे लोग एक दूजे ना जान पहचान हुआ है तो उस लेवल पर है तो फिर लोग अपनी मिसाइल जरा आसान तरीका नाल दस सकता होगा, फिर डिस्ट्रिक्ट लेवल पर फिर जरा बड़ा काम होगा वे डिस्ट्रिक्ट लेवल तक चलेगा तो पंचायत तक लोगों ना मिसाइल तो काफ़ी काफ़ी सहूलियत भी लोगों ने आई काफ़ी कि बहुत ज़्यादा कि बहुत ज़्यादा सहूलियत आई है लोगों ने, रोड का मसाइल पानी का मसाइल काफ़ी और भी काफ़ी मसाइल में जड़ा उस लेवल तक देखा जे तो मैं नहीं लगता कि पहला ऐसा होता होगा या उतना ज़्यादा लोगों में अवेयरनेस हो, काफ़ी अवेयरनेस भी है लोगों में इस चीज़ के ना लेके कि हमारा के हमारे वास्ते के सही है के गलत है, अपना वोट का देना चाहिए किस टाइम किस इंसान ना सही रहेगा वोट देना, जिस तरह की इन्होंने सही गल की कि हम जोड़ा पहले पिछे पछतावा कि हमने गलत नुमाइंदो चूज कर लियो तो वो एक पिछे वो जो पिछे वो पछताना हो तो वो गलत है, लेकिन अगर पहले ही अपना वोट दे के सही इंसान वास्ते वोट दे के करेगा तो शायद उसने वास्ते बस सही तरीका को जो उन्होंने को अच्छा तरीका उन्होंने डेवलपमेंट की गल करेगा तो और जी तमकें लगा कि या ग्रां लेवल तक आ गए जमहूरी निज़ाम तो यू काफ़ी ठीक वो है कि काफ़ी के मतलब बहुत ज़्यादा ही इसको असर जो है वो काफ़ी सही असर है समाज पर। जी सब जिस तरीके हम देखा कई महाराज अक्सर अगर हम ग्राह गल करें खास करके अपना तबका का लोगों की गल करें ग्राह के अंदर कि ना कि मतलब एक दो बंदा जरा वे असर रसूक रखने वाला वे किसी जो नाल वाबस्ता वे और अक्सर हमारा जोड़ा लोग में वे किधर ना किधर एक दूजा की शरारत के नाल मामी आ गए सही नुमाइंदा को इंतखाब नहीं करता, कहेंगा जी फलानो बंदो उसका नाल वाबस्ता तो उसकी किधर ना किधर शरारत होगी उसकी शरारत होगी, तब ना कह लगे कि इन सारी चीज़ों ना हट गए सब तो पहला एक नुमाइंदा को होना कैसो जरूरी है और लोग ना नुमाइंदो परखण वास्ता जो है कितने ध्यान देना चाहिए इस खास करके जिस वक्त ये इलेक्शन को वक्त है, क्योंकि महाराज जो मुल्क की अगर हम गल करें हमने अपना आईन नहीं जो है हक हासिल कि हक दिता है कि तम अपना तरीका का नाल अपना बेहतर नुमाइंदा को जो है इंतखाब करो और जो थारा मसाइल हल कर सके, लेकिन किधर ना कि आ गए तमने कह लगे कि यह हमारी एक खामी वह जिसका नाल पिछले हमने 4-5 साल मारे जो लोग के उन्होंने मुसीबत की का दरवाजा जड़े मुसीबत का बुआ जड़ा खोलना पाए। सबसे बड़ी गल है नरियाल साहब की कि हम एक ऐसा मुल्क मारे हाँ जिसने हमने जमहूरी हक दिता है कि तम अपने वास्ते खुद जो भी तमना बेहतर लगे वो कर, तो अगर मतलब गवर्नमेंट की तरफ हमारे वास्ते इतना सारा मतलब जमहूरी मुल्क मारा लगा दी जिसमें हमने अपना हक है कि हम किस आदमी ने ले सक आगे और किसी ने पीछे, फिर तमने ये जी गल की तो बिल्कुल सही, क्योंकि हमारा लोग जो बड़ा शरारती नहीं तो मारा कुछ गिने चुने आदमी भी जरा वे किसी का मतलब एक दूजा का नाल चाहे वो किसी हो किसी ने किसी कोई काम कर छोड़े हुए तो वो उसको बन गया तो बाकी लोग जरा तो उन्हें गुमराह करने की शुरू कोशिश करने लग जाए,
ਕਿ ਮਤਲਬ ਇੱਕਾ ਦੁੱਕਾ ਆਦਮੀ ਉਹ ਕੰਮ ਹੈ, ਦੇਖਣਾ ਚਾਹੀਏ ਰਿਆਜ਼ ਸਾਹਿਬ ਜੀ ਉਹ ਕਿ ਮਤਲਬ ਕਿਸ ਆਦਮੀ ਨੇ ਮਾਰੇ ਵਾਸਤੇ ਇਲਾਕਾ ਹੀ ਕੰਮ ਕੀ ਹੋਏ, ਪਰਸਨਲ ਕੰਮ ਹੁਣ ਉਹਨਾਂ ਹੁਣ ਵਰਗਾ ਬੜੀ ਗੱਲ ਨਹੀਂ ਹੁੰਦੀ ਕਿਉਂਕਿ ਉਸ ਨਾਲ ਇਹ ਕਾਰਾਬਾਦ ਹੈ। ਦੇਖਣਾ ਜੋ ਚਾਹੀਏ ਕਿ ਮਾਰਾ ਇਲਾਕਾ ਵਾਸਤੇ ਕਿਸਨੇ ਬਿਹਤਰ ਕੀ ਹੋਇਆ ਹੈ, ਜਿਸ ਵਾਸਤੇ ਮਾਰਾ ਇਲਾਕਾ ਮਾ ਮਤਲਬ ਜਿਸ ਕੀ ਵਜ੍ਹਾ ਤੇ ਮਾਰਾ 10 ਕੰਮ ਗਿਣਿਆ ਜੀਗਾ, ਜਿਸ ਤਰ੍ਹਾਂ ਕਿ ਮਤਲਬ ਹਮ ਆਪਣਾ ਰੋਡ ਹੀ ਕਹਾਂਗਾ, ਜਾਂ ਅੱਜ ਦੋ ਸਾਫ ਪਾਣੀ ਗੱਲ ਹੈ, ਜਾਂ ਮਤਲਬ ਹੋਰ ਵੀ ਮਾਰੇ ਕਈ ਸਾਰੀ ਚੀਜ਼ ਨੇ, ਸਿਹਤ ਆਜ਼ਾ ਮੁਕਾਮ ਮਾਰਾ ਇਲਾਕਾ ਮਾ ਜ਼ਿਆਦਾ ਮਤਲਬ ਡਿਜ਼ੋਰ ਕਰੇ, ਜੰਗਲ ਹੈ ਨਾ, ਜੰਗਲ ਏਰੀਆ ਹੈ, ਤੋ ਉਸਮੇਂ ਯੋ ਦੇਖਣਾ ਚਾਹੀਏ ਕਿ ਯੋ ਨਹੀਂ ਦੇਖਣਾ ਚਾਹੀਏ ਕਿ ਫਲਾਂ ਆਦਮੀ ਹੋਏ ਕੰਮ ਕਰ ਗਿਆ ਤਾਂ ਉਸਕੇ ਉਸਕੇ ਉਸਕੀ ਪੱਗ ਬੱਧ ਗਿਆ ਤਾਂ ਉਹ ਜਾ ਖੜਾ ਹੋ ਗਿਆ, ਬਲਕਿ ਮੇਰਾ ਹਿਸਾਬ ਨਾਲ ਯੋ ਦੇਖਣਾ ਚਾਹੀਏ ਕਿ ਕਿਸ ਇਲਾਕਾ ਨੇ ਕਿਸ ਆਦਮੀ ਨੇ ਕਿਸ ਅਸੈਂਬਲੀ ਮੈਂਬਰ ਨੇ ਮਾਰੇ ਵਾਸਤੇ ਕੀ ਕੰਮ ਕੀਆ, ਔਰ ਕਿਸ ਸਰਪੰਚ ਨੇ ਮਾਰੇ ਵਾਸਤੇ ਕੀ ਕੰਮ ਕੀਆ। ਯਾਰ ਮਤਲਬ ਆਮ ਇਲੈਕਸ਼ਨ ਤਾਂ ਇਲੈਕਸ਼ਨ ਨਹੀਂ ਹੈ ਰਿਹਾ ਸਾਹਿਬ, ਚਾਹੇ ਉਹ ਛੋਟਾ ਹੈ ਚਾਹੇ ਉਹ ਬੜਾ ਹੈ, ਵੋਟ ਦੇਣਾ ਔਰ ਮੈਂਬਰ ਕੀ ਇੱਕ ਵਾਰਡ ਤੱਕ ਹੈਸੀਅਤ ਹੈ, ਉਹ ਇੱਕ ਵਾਰਡ ਮਾ ਕੰਮ ਕਰ ਸਕਿਆ ਹੋ ਤੋ, ਔਰ ਸਰਪੰਚ ਇੱਕ ਹਲਕਾ ਮਾ ਕੰਮ ਕਰ ਸਕਿਆ ਹੋ, ਔਰ DDC ਇੱਕ ਬਲਾਕ ਮਾ ਕੰਮ ਕਰ ਸਕੇ, ਔਰ ਡਿਸਟ੍ਰਿਕਟ ਲੈਵਲ DDC ਕੰਮ ਕਰ ਸਕੇ, ਔਰ BDC ਇੱਕ ਬਲਾਕ ਉਹ ਕੰਮ ਕਰ ਸਕੇ, ਔਰ MLA ਇੱਕ ਕਾਨਸਟੀਚੁਐਂਸੀ ਉਹ ਕੰਮ ਕਰ ਸਕਦਾ ਹੈ, ਔਰ ਪਾਰਲੀਮੈਂਟ ਮੈਂਬਰ ਜਿਹਨੇ ਕਿ ਮਾਰੀ ਪਿਛਲੀ 18 ਕਾਨਸਟੀਚੁਐਂਸੀ ਸੀ ਜਿਹਨੂੰ ਪਾਰਲੀਮੈਂਟ ਮੈਂਬਰ ਹੈ, ਤੋ ਦੇਖਣਾ ਚਾਹੀਏ ਕਿ ਉਹ ਉਸ ਆਦਮੀ ਕਿਸ ਲੈਵਲ ਪਰ ਹੈ, ਚਾਹੇ ਮਾਰੋ ਪਾਰਲੀਮੈਂਟ ਮੈਂਬਰ ਅਗਰ ਆਮਨੇ ਤੂੰ ਭੇਜਿਆ ਪਾਰਲੀਮੈਂਟ ਮਾ ਮਾਰੀ ਵਕਾਲਤ ਕਰਨ ਵਾਸਤੇ, ਇਹ ਉਸਨੇ ਮਾਰੀ ਵਕਾਲਤ ਤੂੰ ਕੀ ਹੈ ਜਾਂ ਨਹੀਂ ਕੀ, ਜਾਂ ਨਹੀਂ ਦੇਖਣਾ ਚਾਹੀਏ ਤੁਹਾਨੂੰ ਸਹੀ ਕਿਹਾ ਜਨਾਬ, ਜਾਂ ਮੇਰਾ ਦਿਲ ਮਥੀ ਇਹ ਗੱਲ ਤੁਹਾਨੂੰ ਲੈ ਗਿਆ ਕਿ ਇੱਕ ਆਦਮੀ ਉਹ ਕੋਈ ਕੰਮ ਕਰ ਛੜਿਆ, ਚਾਹੇ ਉਸਨੇ ਇੱਜ਼ਤ ਥੋੜ੍ਹੀ ਦੇਖ ਰਿਹਾ ਤਾਂ ਉਹ ਗ੍ਰਾਮ ਜਾ ਕੇ ਕਹੇ ਫਲਾਂ ਆਦਮੀ ਸਹੀ ਹੈ, ਬਲਕਿ ਐਸੋ ਦੇਖਤਾ ਵੀ ਨਹੀਂ ਔਰ ਦੇਖਣਾ ਵੀ ਨਹੀਂ ਚਾਹੀਏ, ਕਿਉਂਕਿ ਦੇਖਣਾ ਚਾਹੀਏ ਕਿ ਇਸਨੇ ਪਾਰਲੀਮੈਂਟ ਮਾ ਅਗਰ ਇਹ ਬੰਦ ਹੋ ਗਿਆ ਇਸਨੇ ਮਾਰੇ ਵਾਸਤੇ ਕੀ ਗੱਲ ਕੀ, ਮਾਰੀ ਬੇਰੁਜ਼ਗਾਰੀ ਵਾਸਤੇ ਕਿੰਨੀ ਗੱਲ ਕਰੀ, ਮਾਰੇ ਬਿਜ਼ਨਸ ਵਾਸਤੇ ਕਿੰਨੀ ਗੱਲ ਕਰੀ, ਜਾਂ ਮਾਰੋ ਕਸ਼ਮੀਰ ਨੂੰ ਅਗਰ ਆਮ ਗੱਲ ਕਰਨ ਲਾ ਵੀ, ਤਾਂ ਕਸ਼ਮੀਰ ਮੈਂ ਸਭ ਤੋਂ ਜ਼ਿਆਦਾ ਅਗਰ ਇਸ ਵਕਤ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਵਾਹ ਹੈ ਫਰੂਟ, ਮਾਰੋ ਦੇਖਣਾ ਚਾਹੀਏ ਕਿ ਮਾਰੇ ਵਾਸਤੇ ਕਿਸ ਲੈਵਲ ਪਰ ਗੱਲ ਕੀ, ਇਸੇ ਤਰੀਕੇ ਨਾਲ ਮਤਲਬ ਹਰ ਲੈਵਲ ਔਰ ਮੇਰਾ ਕਹਿਣ ਨੂੰ ਮਤਲਬ ਹੈ ਰਿਆਜ਼ ਸਾਹਿਬ ਕਿ ਉਹ ਬੰਦੋ ਦੇਖਣਾ ਚਾਹੀਏ ਕਿ ਜਿਹੜੋ ਇਲਾਕਾ ਵਾਸਤੇ ਕੰਮ ਕਰੇ, ਬਿਲਕੁਲ ਯਾਨੀ ਕਿ ਤੁਹਾਡਾ ਕਹਿਣ ਦਾ ਵੀ ਮਕਸਦ ਹੈ ਕਿ ਹਮਨਾ ਜਿਸ ਵਕਤ ਜੋ ਆਪਣਾ ਨੁਮਾਇੰਦਾ ਕੋਈ ਇੰਤਖਾਬ ਕਰਨਾ ਹੋਵੇ, ਕਿਸੇ ਜ਼ਿੱਦ ਸ਼ਰਾਰਤ ਕੇ ਅੰਦਰ ਨਹੀਂ ਆਉਣਾ ਚਾਹੀਏ, ਬਲਕਿ ਇਹ ਜੋ ਦੇਖਣਾ ਹੈ ਕਿ ਮਾਰੀ ਆਉਣ ਵਾਲੀ ਨਸਲ ਜਿਹੜੀ ਹੈ ਪਰ ਕਿਸ ਤਰੀਕੇ ਨਾਲ ਮਹਿਫੂਜ਼ ਹੋ ਸਕੇ, ਤੁਹਾਨੂੰ ਮੁੱਝ ਹੀ ਸੁਣੀ ਗੱਲ ਦੱਸੇ, ਕਿਉਂਕਿ ਰਿਆਜ਼ ਸਾਹਿਬ ਤੁਹਾਨੂੰ ਪਤਾ ਹੈ ਪ੍ਰੋਗਰਾਮ ਵਕਤ ਕੀ ਵੀ ਕੈਦ ਹੈ ਔਰ ਵਕਤ ਕਿਸੇ ਕੋਈ ਇੰਤਜ਼ਾਰ ਤਾਂ ਨਹੀਂ ਨਾ ਕਰਤੋ, ਰਿਆਜ਼ ਸਾਹਿਬ ਤਾਂ ਇਸ਼ਰਤ ਜੀ ਤਾਂ ਮਹਾਰਾਜਗੜ੍ਹ ਪ੍ਰੋਗਰਾਮ ਮਾ ਤਸ਼ਰੀਫ ਲਿਆਇਆ ਥਾਰੋ, ਬਹੁਤ ਬਹੁਤ ਸ਼ੁਕਰੀਆ, ਇਨਸ਼ਾਅੱਲਾ ਫਿਰ ਕਿਸੇ ਦੂਜਾ ਪ੍ਰੋਗਰਾਮ ਮਾ ਤੁਹਾਡੇ ਨਾਲ ਮਜ਼ੀਦ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਨਾਜ਼ਰੀਨ ਇਸ ਦਾ ਨਾਲ ਹੀ ਮਹਾਰਾਜਗਾ ਗੋਜਰੀ ਪ੍ਰੋਗਰਾਮ ਕੋ ਵੇਲੋ ਮੁਕਾ ਲਗੋ, ਆਪਣਾ ਮੇਜ਼ਬਾਨ ਰਿਆਜ਼ ਬਣਾਣਾ ਨਾ ਪੂਰੀ ਟੀਮ ਦੇ ਨਾਲ ਦਿਓ ਇਜਾਜ਼ਤ, ਰੱਬ ਰਾਖੋ।